टक्कर, सड़क दुर्घटना के दौरान स्कूटर चालक की मौके पर मौत और एक व्यक्ति घायल हो गया जिसे इलाज के लिए अस्पताल में भर्ती करवाया गया। प्राप्त जानकारी के अनुसार मृतक व्यक्ति फिरोजपुर गांव खाई फेमे का रहने वाला था। वह फिरोजपुर शानी से अपने घर में रह रहा था। मेरा नाम मोनिका। मेरे घर वाला सीगा। किथे लगे सी? एक कंटोनमेंट बोर्ड च लगे सीगे। आई इथे जा रहे? ड्यूटी ते ही सीगे। हाँ जी। किन छड़न जा रहे? किन छड़न जा रहे? मेरे पुत्र मैनू ना साहब ड्यूटी ते जा रहे सीगे। ड्यूटी तो ही पता नहीं सानू, नहीं पता कित्थे, मतलब कि किन्ना नु छड़न जा रहे सीगे। किस तरह की खबर आई फिर तुम्हें पता लग गया? सानू तो बहुत भयानक खबर आई। कारवाई करो ने मेरे तो तीन छोटे छोटे बच्चे मेरे बच्चों ने इंसाफ दे दो। मेरा सरबजीत जी लगता है भनेवा लग गया। एक्सीडेंट होया उधर जा रहा सी, ड्यूटी तो छुट्टी मिली सी तो मुंडा कहते मैंने छोड़िया, वो छड़न गया तो अगे ट्रैली तेज आ रही सी। यार दोस्त ने छड़न चले? हाँ यार दोस्त नु कट्ठे ही लगे सी नौकरी। हाँ जगह नौकरी करते ही? हाँ वो मुंडे बारे में ज़्यादा नहीं पता, नौकरी कट्ठे कर दी भनेवा मेरा छड़न ही गया सी। छड़न जा रहा? हाँ छड़न जा रहा सी। ट्राली की लागत तेज सी? हाँ तेज सी ट्राली। कैसी ट्राली दसी जा रही? ट्रेला सी, पट्ठे की ट्रैली सी, ट्रेली सी ट्रेला सी ट्राला सी। हाँ मौके ते ही होगी। हाँ एक जख्म साइड ते मोढे ते आ, एक गल ते आ पिछे मुद्दा डिगया ना उदों ट्रेली उपर ट्राली चढ़ गई, ट्रेली वाले ने ट्रेली भजा ली फिर दूसरे ने चक के अस्पताल लै गए उत्थे जांदे ही। हुण हाँ होनी चाहीदी है, बच्चे छोटे हाँ पढ़ते आ बच्चे। ਕਿੰਨੇ ਬੱਚੇ ਸੀ? ਤਿੰਨ ਬੱਚੇ ਆ। ਕਿੰਨੀ ਉਮਰ ਸੀ? ਉਮਰ ਤਾਰੇ ਦੀ 40 ਕੀ ਸਾਲ ਦੀ, ਵੋਟੀ ਦੀ 30 ਕੀ 35 ਸਾਲ ਦੀ ਹੋਣੀ ਹੈ। ਹਾਂ ਜੀ। ਕੀ ਨਾਮ ਤੁਹਾਡਾ ਜੀ? ਵਿਕਰਮ ਜੀ। ਵਿਕਰਮ ਕਿੱਥੋਂ ਦਾ ਰਹਿਣ ਵਾਲਾ? ਖਾਈ ਫੇਮੇ ਕੀ ਜੀ। ਇਹ ਕੀ ਲੱਗਦਾ ਜੀ? ਬ੍ਰਦਰ ਸੀਤਾ ਜੀ ਦਾ ਲੜਕਾ ਸੀਗਾ ਜੀ। ਐਕਸੀਡੈਂਟ ਹੋਇਆ? ਇਹ ਜੋਬ ਕਰਦੇ ਕੰਟੋਨਮੈਂਟ ਬੋਰਡ 'ਚ ਅਤੇ ਨਾਲ ਇਹਨਾਂ ਦਾ ਦੋਸਤ ਵੀ ਉਹੀ ਜੋਬ ਕਰਦੇ, ਉਹਨੂੰ ਛੱਡਣ ਆ ਰਿਹਾ ਸੀਗਾ ਫਿਰੋਜ਼ਪੁਰ ਸ਼ਹਿਰ ਅਤੇ ਟਰਾਲੀ ਵਾਲੇ ਦੀ ਲਾਪਰਵਾਹੀ ਕਰਕੇ। ਤੇਜ਼ ਰਫ਼ਤਾਰ ਸੀ ਟਰਾਲੀ ਦੀ? ਹਾਂਜੀ। ਟਰੈਕਟਰ ਟਰਾਲੀ ਕਿੱਥੇ ਕਿੱਥੋਂ ਤੇਜ਼ ਰਫ਼ਤਾਰ? ਇਹ ਲੱਖੋਗੇ ਸਾਈਡ ਦੇ ਦੱਸਣ ਜਾ ਰਹੇ ਵੀ ਲੱਖੋਗੇ ਸਾਈਡ ਦੀ ਟਰਾਲੀ ਹੈ। ਟਰਾਲੀ ਭੱਠੇ ਦੀ ਹੈ ਜੀ। ਕਾਫੀ ਤੇਜ਼ ਸੀਗਾ ਜੀ, ਸ਼ਹਿਰ ਦੇ ਵਿੱਚ ਤਾਂ ਇੰਨਾ ਅਲਾਊਡ ਹੀ ਨਹੀਂ ਹੈਗਾ ਕਿ ਆਪਾਂ ਸਪੀਡ ਦੇ ਵਿੱਚ ਟਰਾਲੀ ਟਰੈਕਟਰ ਭਜਾਈਏ, ਉਹ ਵੀ ਇੰਨੀ ਸਪੀਡ ਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਜਾ ਕੇ ਉੱਥੇ ਮੌਕੇ 'ਤੇ ਹਾਦਸਾ ਜਿੱਥੇ ਹੋਇਆ। ਦੋ ਜਣੇ ਸੀਗੇ। ਹਾਂ ਇੱਕ ਟ੍ਰੀਟਮੈਂਟ ਚੱਲ ਰਹੀ, ਉਹ ਵੀ ਗੰਭੀਰ ਹੀ ਆ ਥੋੜ੍ਹਾ। ਦੂਜੇ ਦੀ ਡੈਥ ਹੋ ਗਈ ਹੈ ਜੀ। ਮੰਗ ਸਾਨੂੰ ਇਨਸਾਫ ਚਾਹੀਦਾ ਜੀ, ਜਿਹੜੀ ਟਰੈਕਟਰ ਟਰਾਲੀ ਜਿਹੜੇ ਲਾਪਰਵਾਹੀ ਨਾਲ ਚਲਾਇਆ ਉਹਦੀ ਬਣਦੀ ਕਾਰਵਾਈ ਚਾਹੀਦੀ ਸਾਨੂੰ। ਕੀ ਨਾਮ ਤੁਹਾਡਾ? ਮੇਰਾ ਨਾਮ ਗੀਤਾ ਸਰ। ਗੀਤਾ ਕੀ ਲੱਗਦੇ ਸੀ? ਸਾਡਾ ਜਵਾਈ ਸੀ ਸਰ। ਕਿਸ ਤਰ੍ਹਾਂ ਇਹ ਐਕਸੀਡੈਂਟ ਕਰ ਲਿਆ? ਇਹ ਟਰਾਲੀ ਥੱਲੇ ਹੋ ਗਿਆ ਤੇ ਟਰਾਲੀ ਬਹੁਤ ਫਾਸਟ ਫਾਸਟ ਸੀ ਤੇ ਮੁੰਡਾ ਥੱਲੇ ਹੀ ਦੱਬ ਗਿਆ ਤੇ ਸ਼ਾਇਦ ਭੱਜ ਗਿਆ। ਇਹ ਡਿਊਟੀ ਤੋਂ ਆ ਰਿਹਾ ਸੀ, ਕਿਧਰੋਂ? ਕੰਟੋਨਮੈਂਟ ਬੋਰਡ 'ਚ ਲੱਗਾ ਤੇ ਸ਼ਹਿਰ ਕੋਈ ਕੰਮ ਪੈ ਗਿਆ ਤੇ ਉੱਥੇ ਕਿਸੇ ਨੂੰ ਛੱਡਣ ਗਿਆ। ਚਲੋ ਇਸ ਵਾਸਤੇ ਆ ਰਿਹਾ। ਕਿੱਧਰ ਤੇ ਜਾ ਰਿਹਾ ਸੀ? ਐਕਟਵਾ ਤੇ। ਕਿੱਥੇ ਹੋਇਆ ਐਕਸੀਡੈਂਟ? ਵਸਤੇ ਸੀ? ਹਾਂਜੀ ਮੋਦੀ ਮਿਲ ਕੋਲ ਹੋਏ ਸਰ। ਕਿੰਨੀ ਬੇਰਹਿਮੀ ਨਾਲ ਉਹ ਭਜਾ ਰਿਹਾ ਸੀ ਅੱਗੇ? ਹਾਂਜੀ ਬਹੁਤ ਬੇਰਹਿਮੀ ਨਾਲ ਸਰ, ਤਿੰਨ ਬੱਚੇ ਨੇ ਉਹਦੇ ਵਿਚਾਰੇ, ਉਹ ਤਾਂ ਕੁੜੀ ਥਾਂ ਤੇ ਮਰ ਗਈ, ਕਿਵੇਂ ਸਾਂਭੇਗੀ ਬੱਚੇ ਆਪਦੇ ਤੇ ਕਿਵੇਂ ਪੜ੍ਹਾਏਗੀ ਕਿਵੇਂ ਲਿਖਾਏਗੀ? ਬੇਰੋਜ਼ਗਾਰ ਤਾਂ ਕੁੜੀ ਹੋ ਗਈ ਨਾ, ਉਹਦੇ ਕੋਲ ਮਕਾਨ ਨਾ ਕੁਛ ਸਰ, ਹਾਂ ਕੀ ਕਰੇਗੀ ਕੁੜੀ ਇਸ? ਹਾਂਜੀ ਸਰ ਤੁਸੀਂ ਕੈਮਰੇ ਚ ਉਧਰ ਲੱਗੇ ਹੋਏ ਨੇ ਸਾਰੇ ਚੈੱਕ ਕਰ ਸਕਦੇ ਜੀ। ਹਾਂਜੀ ਹੁਣ ਉਹ ਤਾਂ ਗੁੜੀਆਂ ਨੂੰ ਪਤਾ ਹੋਣੀ ਚਾਹੀਦੀ। ਹਾਂਜੀ ਇਨਸਾਫ ਹੋਣਾ ਚਾਹੀਦਾ ਸਰ ਜੀ। ਜਿਹੜਾ ਐਕਸੀਡੈਂਟ ਹੋਇਆ ਸੀਗਾ ਕੀ ਕਰ? ਇਹ ਕੱਲ ਜੀ ਆ ਰਹੇ ਸੀ ਜਾਂ ਤਾਰਾ ਸਿੰਘ ਤੇ ਰਾਹੁਲ ਆ ਰਹੇ ਸੀਗੇ, ਡਿਊਟੀ ਤੋਂ ਆ ਰਹੇ ਸੀ ਤੇ ਕੋਈ ਤੇਜ਼ ਟਰਾਲੀ ਟਰੈਕਟਰ ਸੀ ਤੇ ਇਹਨਾਂ ਨਾਲ ਟਕਰਾ ਗਿਆ ਤੇ ਜਿਹਨੇ ਤਾਰਾ ਸਿੰਘ ਦੀ ਮੌਤ ਹੋ ਗਈ।
ਤੇ ਰੌਲ ਅਜੇ ਮੈਡੀਸਿਟੀ ਹਸਪਤਾਲ ਦਾਖਲ ਹੈ। ਇੱਕ ਜ਼ਖਮੀ ਹੋਇਆ? ਹਾਂਜੀ ਜ਼ਖਮੀ। ਇੱਕ ਦੀ ਮੌਤ ਹੋਈ? ਇੱਕ ਦੀ ਮੌਤ। ਕੀ ਮੁਕਦਮਾ ਦਰਜ ਕਰਤਾ? ਮੁਕਦਮਾ ਦਰਜ ਹੋ ਗਿਆ ਜੀ। ਟਰਾਲੀ ਚਾਲਕ ਕਲਾ? ਹਾਂਜੀ ਉਹ ਟਰਾਲੀ ਚਾਲਕ ਨਾਮ ਵੱਲੋਂ ਆਇਆ ਸੀ। ਅਗਲੀ ਕਾਰਵਾਈ ਕਰ ਰਹੇ ਜੀ। ਹਾਂਜੀ ਤਫਤੀਸ਼ ਚੱਲ ਰਹੀ ਜੀ। ਟਰਾਲੀ ਚਾਲਕ ਗ੍ਰਿਫਤਾਰ ਨਹੀਂ? ਗ੍ਰਿਫਤਾਰ ਨਹੀਂ ਜੀ।